ਜੱਟ ਵੀ ਹੈ, ਬੋਲਦਾ ਸਾਸ ਲੁਹਾਰ ਵੀ ਹੈ, ਬੋਲਦਾ ਹੋਰ ਵੀ ਹੈ, ਪਰ ਸਾਧੂ ਬੋਲੇ ਸਹਿਜ ਨਿਸ਼ਾਨੀ ਹੈ ਸਾਧੂ ਦੀ ਬੋਲਣ ਦੀ, ਸਹਿਜ ਸੁਭਾਅ ਹੈ ਸਾਧੂ ਦਾ ਬੋਲਿਆ ਫਿਰ ਕਿਹਾ ਵਿਰਥ ਹੈ ਜਾਏ। ਸਾਧੂ ਦਾ ਬੋਲਿਆ ਸਾਧ ਨਾਮ ਨਿਰਮਲ ਤਾਂ ਕੇ ਕਰਨ, ਸਦਾਈ ਦਾ ਨਾਂ ਬੋਲਣਾ, ਸਦਾਈ ਦਾ ਨਾਂ ਸਾਧ ਹੈ। ਸਦਾਈ ਸਦਾਈ ਕਿਹੜੀ ਕੀਤੀ? 36 ਸਾਲ ਕਿੱਲੀ ਨਾਲ ਕੇਸ ਬੰਨੇ ਅਤੇ ਨੀਂਦ ਨੇ ਬਾਬਾ ਜੀ ਦੇ ਮੂਹਰੇ ਨੱਕ ਰਗੜਤਾ, ਹਾੜੇ ਵਾ ਤਾਂ ਮੇਰਾ ਖਹਿੜਾ ਛੱਡ ਦੇ, ਮੈਂ ਹੁਣ ਤੇਰੇ ਕੋਲ ਨਹੀਂ ਆਉਂਦੀ ਨੀਂਦ। ਨੀਂਦ ਅਤੇ ਬੇਰਾਮੀ ਨੇ ਅਤੇ ਭੁੱਖ ਨੇ, ਭੁੱਖ ਨੇ ਅਤੇ ਮਾਇਆ ਨੇ ਬਾਬਾ ਜੀ ਕੋਲ, ਇਹਨਾਂ ਪੰਜਾਂ ਚੋਰਾਂ ਨੇ ਬਾਬਾ ਜੀ ਕੋਲ ਲਕੀਰਾਂ ਕੱਢਤੀਆਂ, ਮੈਂ ਤੁਹਾਡੇ ਕੋਲ ਵੜਦਾ ਨਹੀਂ, ਪਰ ਇੱਕ ਵਚਨ ਲੈ ਕੇ ਜਾਇਓ, ਜੇ ਸਮਾਂ ਪਵੇ ਬਾਬਾ ਆਨੰਦ ਸਿੰਘ ਮਹਾਰਾਜ ਤੁਸੀਂ ਸਰੂਪ ਦੇ ਰੋਜ਼ ਅੰਮ੍ਰਿਤ ਵੇਲੇ ਦਰਸ਼ਨ ਕਰਿਆ ਕਰੋ, ਜੇ ਟਿਕਾ ਕੇ ਨੇਤਰਾਂ 'ਚ ਨੇਤਰ ਪਾ ਕੇ ਦਰਸ਼ਨ ਕਰੋ, ਮੈਂ ਕਹਿੰਦਾ ਤੁਹਾਡੇ ਕੋਲ ਵੀ ਲਕੀਰਾਂ ਕੱਢ ਜਾਣਗੇ ਪੰਜ ਚੋਰ ਲੈ ਕੇ ਜਾਇਓ ਕਿਣਕਾ। ਬਾਬਾ ਜੀ ਦੇ ਸਰੂਪ ਦੇ ਰੋਜ਼ ਦਰਸ਼ਨ ਕਰੋ ਨਾ, ਅਤੇ ਤੁਹਾਡੇ ਮੂਹਰੇ ਵੀ ਲਕੀਰਾਂ ਕੱਢ ਜਾਂਦੇ, ਸਾਡਾ ਮਨ ਸ਼ੇਰ ਹੋ ਜਾਏਗਾ, ਬਲਵਾਨ ਹੋ ਜਾਏਗਾ। ਬਲਵਾਨ ਸ਼ੇਰ ਵਿੱਚ 4 ਗੁਣ ਹੈ। ਬਾਬਾ ਜੀ ਸ਼ੇਰ ਦੀ ਖੱਲ 'ਤੇ ਬਹਿੰਦੇ ਸਨ, ਬਾਬਾ ਜੀ ਕਹਿੰਦੇ ਸ਼ੇਰ ਦੀ ਖੱਲ 'ਤੇ ਬੈਠਣ ਵਾਲੇ ਵਿੱਚ 4 ਗੁਣ ਆਉਣੇ ਚਾਹੀਦੇ, ਜੇ ਉਹਦੇ ਵਿੱਚ 4 ਗੁਣ ਨਾ ਆਉਣ ਤਾਂ ਬਾਬਾ ਜੀ ਕਹਿੰਦੇ ਕੋਹੜ ਦੀ ਬਿਮਾਰੀ ਲੱਗ ਜਾਂਦੀ ਹੈ। ਪਰ ਇੱਕ ਵਚਨ ਪੱਲੇ ਬੰਨਿਓ, ਬਾਬਾ ਜੀ ਕਹਿੰਦੇ ਵੀ ਕੋਹੜ ਦੀ ਬਿਮਾਰੀ ਲੱਗੀ ਹੋਵੇ, ਸ਼ੇਰ ਦੀ ਖੱਲ 'ਤੇ ਬਹਿ ਜਾਵੇ ਤਾਂ ਫਿਰ ਕੋਹੜ ਦੀ ਬਿਮਾਰੀ ਵੀ ਹਟ ਜਾਂਦੀ ਹੈ, ਇਸ ਕਰਕੇ ਜਿਹੜੇ 5 ਚੋਰ ਹੈ, ਜਿਹੜੇ 5 ਚੋਰ ਲੱਗ ਜਾਣੇ ਅਤੇ ਸਾਡਾ ਸਮਾਨ ਲੁੱਟੀ ਜਾਣੇ, ਸਵਾਸ ਸਾਡੇ ਖਰਾਬ ਕਰੀ ਜਾਂਦੇ ਹੈ, ਅੱਖਾਂ ਨੂੰ ਖਰਾਬ ਕਰੀ ਜਾਂਦੇ, ਹੱਥਾਂ ਪੈਰਾਂ ਨੂੰ, ਅਤੇ ਫਿਰ ਇਹਦੋਂ ਵੱਡਾ ਕੋਹੜ ਵੀ ਕੋਈ ਨਹੀਂ ਹੈ, ਸਭ ਤੋਂ ਵੱਡਾ ਕੋਹੜ ਹੈ। ਸੋ ਇਸ ਕਰਕੇ ਆਓ, ਆਪਾਂ ਨੂੰ ਉਹ ਧੁਰਾ ਬਾਬਾ ਜੀ ਦਾ ਮਿਲਿਆ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰਦਰ ਗੇ ਕਾਵਾ ਸੀਠ, ਹਰ ਨਾਮੋ ਮੰਤਰ ਦਰੜਾਇੰਦਾ ਕੱਟੇ ਹੋਮਾ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿਹਨੇ ਧੁਰੇ ਪਾਇਆ ਸੰਯੋਗ, ਆਪਣਾ ਧੁਰ ਦਾ ਸੰਯੋਗ ਕਰਕੇ ਬੈਠੇ ਹੈ, ਨਹੀਂ ਤਾਂ ਆ ਤੁੱਥ ਮਾਰਦੇ ਜੋੜੀਆਂ 'ਤੇ ਵੀ ਭੋਗ ਪਾਓ ਅਤੇ ਦੀਵੇ ਦੂਵੇ ਜਗਾਉਣੇ ਆ ਜਾਣਾ, ਕੱਲ੍ਹ ਦੀਪਮਾਲਾ ਸੀ, ਅੱਜ ਦੁਆਲਾ ਹੈ। ਇਸ ਕਰਕੇ ਸਾਧ ਸੰਗਤ ਬੜੇ ਭਾਗਾਂ ਦੇ ਨਾਲ ਇਹ ਸਮਾਂ ਮਿਲਿਆ, ਗੁਰੂ ਨਾਨਕ ਦੇ ਚਰਨਾਂ ਨਾਲ ਜੋੜੋ, ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾਈ ਰੱਖ, ਸਭ ਤੋਂ ਵੱਡੀ ਅਰਦਾਸ ਹੈ। ਜਦੋਂ ਆਪਾਂ ਉਹਦੇ ਬਣ ਜਾਵਾਂਗੇ ਉਹ ਫਿਰ ਕਿਹਦਾ ਬਣੂ? ਸਿੱਧੀ ਹੋਈ ਗੱਲ ਹੈ, ਜੱਟ ਕੀ ਗੱਲ ਹੈ, ਮੋਟੀ ਮਿਸਾਲ ਹੈ। ਜਦੋਂ ਆਪਾਂ ਉਹਦੇ ਬਣ ਗਏ ਉਹ ਆਪਣਾ ਬਣ ਜਾਊ, ਗੁਆਂਢੀਆਂ ਦੇ ਆਪਾਂ ਬਣ ਜਾਓ ਅਤੇ ਫਿਰ ਸਾਧ, ਜਦੋਂ ਆਪਾਂ ਗੁਆਂਢੀਆਂ ਦੇ ਬਣ ਗਏ ਗੁਆਂਢੀ ਆਪਣਾ ਬਣ ਜੂ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਆਦ। ਜਦ ਰੱਬ ਦੇ ਆਪਾਂ ਸੱਜਣ ਬਣ ਗਏ ਸਾਰੀ ਦੁਨੀਆਂ ਤੇਰੀ ਸੱਜਣ ਬਣ ਜਾਵੇ, ਜਦ ਰੱਬ ਵੈਰੀ ਸਾਰੀ ਦੁਨੀਆਂ ਬਾਦ ਪੈ ਜਾਵੇ। ਆਪਾਂ ਨੂੰ ਸਮਾਂ ਮਿਲਿਆ, ਇਹ ਸਰੀਰ ਜਨਮ ਲੇਖੇ ਵਿੱਚ ਲਾਓ, ਬੜੇ ਭਾਗਾਂ ਨਾਲ ਪਾਠੀ ਸੱਜਣਾ ਰਾਗੀ ਸੱਜਣਾ ਨੇ ਗੁਰਮ ਪਿਆਰਿਆਂ ਨੇ ਸੇਵਾ ਕੀਤੀ ਹੈ, ਬਾਬਾ ਜੀ ਨੇ ਐਸੀ ਟਕਸਾਲ ਚਲਾਈ ਹੈ। ਅਤੇ ਬਾਬਾ ਜੀ ਨੂੰ ਕਿਸੇ ਪ੍ਰੇਮੀ ਨੇ ਕਿਹਾ ਸਾਡੇ ਗੁਰਦੁਆਰੇ ਨਿਓ ਰੱਖੋ, ਬਾਬਾ ਜੀ ਕਹਿੰਦੇ ਅੱਜ ਤੂੰ ਆ ਗਿਆ, ਕੱਲ੍ਹ ਨੂੰ ਹੋਰ ਆਜੂ, ਪਰਸੋਂ ਨੂੰ ਹੋਰ ਆਜੂ, ਮੈਂ ਕਿਹੜੇ ਸਮੇਂ ਗੁਰੂ ਗ੍ਰੰਥ ਸਾਹਿਬ ਤੋਂ ਖੁਸ਼ੀਆਂ ਲਊਂਗਾ, ਸੇਵਾ ਕਰਕੇ ਮੈਂ ਕਿਹੜੇ ਸਮੇਂ ਖੁਸ਼ੀਆਂ ਲਊਂ? ਬਾਬਾ ਜੀ ਇਹ ਕੋਈ ਗੱਲ ਮਾੜੀ ਹੈ? ਗੁਰਦੁਆਰੇ ਨਿਓ ਰੱਖਣੀ,
ਬਾਬਾ ਜੀ ਕਹਿੰਦੇ ਗੁਰਦੁਆਰੇ ਦੀ ਨਿਉਂ ਨਹੀਂ ਰੱਖਣਾ ਆ, ਬਾਬਾ ਜੀ ਕਹਿੰਦੇ ਗੁਰਦੁਆਰਿਆਂ ਦੇ ਵਿੱਚ ਰਹਿਣ ਵਾਲਿਆਂ ਦੀ ਨਿਉਂ ਰੱਖਣਾ ਆ, ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ। ਬਾਬਾ ਜੀ ਕਹਿੰਦੇ ਸਮਾਂ ਹੋਵੇਗਾ ਗੁਰਦੁਆਰੇ 7 ਮੰਜ਼ਲਾਂ ਬਣ ਜਾਣਗੇ, ਪਰ ਵਿੱਚ ਰਹਿਣ ਵਾਲਾ ਨਹੀਂ ਥਿਉਣਾ, ਗੁਰਦੁਆਰਿਆਂ 'ਚ ਵਿੱਚ ਰਹਿਣ ਵਾਲਾ ਥਿਉਣਾ ਨਹੀਂ। ਅੱਜ ਉਹ ਬਚਨ ਪੂਰਾ ਹੋ ਰਿਹਾ, ਅੱਜ ਸਾਨੂੰ ਸਮਾਂ ਮਿਲਿਆ, ਖਾਲਸਾ ਜੀ ਜਾਗਣ ਦੀ ਲੋੜ ਹੈ। ਗੁਰੂ ਨਾਨਕ ਉਦੋਂ ਆਏ ਜਦੋਂ ਬੰਦੇ ਦੇ ਮੂਹਰੇ ਧੁੰਦ ਪੈ ਗਈ ਸੀ, ਹਨੇਰਾ ਪੈ ਗਿਆ ਸੀ, ਕੋਈ ਨਿਸ਼ਾਨਾ ਨਹੀਂ ਸੀ ਮਿਲਦਾ। ਬਾਬਾ ਜੀ ਨੇ ਨੰਨੇ ਅੱਖਰ 'ਤੇ ਲੈ ਕੇ ਅਤੇ ਨਾਮ ਦਾ ਢੰਡੋਰਾ ਫੇਰਿਆ ਅਤੇ ਨਿਰੰਕਾਰ ਦਾ ਨਿਸ਼ਾਨਾ ਦਿੱਤਾ। ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਜਦੋਂ ਮੋਤੀਆ ਉਤਰਿਆ ਲੋਕਾਂ ਦੇ, ਉਦੋਂ ਗੁਰੂ ਨਾਨਕ ਦਾ ਨਿਸ਼ਾਨਾ ਦਿੱਤਾ। ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਨਾਨਕ ਦਾ ਨਿਸ਼ਾਨਾ ਦਿੱਤਾ। ਰਾਮਦਾਸ ਸਤਿਗੁਰਾਂ ਨੇ ਵੀ ਗੁਰੂ ਸਾਹਿਬ ਨਿਸ਼ਾਨਾ ਦਿੱਤਾ ਗੁਰੂ ਨਾਨਕ ਦਾ। ਗੁਰੂ ਅਰਜਨ ਸਾਹਿਬ 10 ਪਾਤਸ਼ਾਹੀਆਂ ਨੇ ਨਿਸ਼ਾਨਾ ਗੁਰੂ ਨਾਨਕ ਦਾ ਦਿੱਤਾ। ਬਾਬਾ ਆਨੰਦ ਸਿੰਘ ਮਹਾਰਾਜ ਜੀ, ਉਹ ਗੁਰੂ ਨਾਨਕ ਦਾ ਸਮਾਂ ਜਿਹੜਾ ਸੀ, ਉਹ ਸਮਾਂ ਫਿਰ ਆ ਗਿਆ। ਉਹ ਸਮੇਂ ਨੂੰ ਮੁੱਖ ਲੈ ਕੇ ਬਾਬਾ ਜੀ ਨੇ ਗੁਰੂ ਨਾਨਕ ਦਾ ਨਿਸ਼ਾਨਾ ਦੁਨੀਆ ਨੂੰ ਦਿੱਤਾ। ਫਿਰ ਬਾਬਾ ਈਸ਼ਰ ਸਿੰਘ ਮਹਾਰਾਜ ਗੁਰੂ ਨਾਨਕ ਦਾ ਨਿਸ਼ਾਨਾ ਦਿੱਤਾ ਅਤੇ ਅੰਮ੍ਰਿਤ ਦਾ ਨਿਸ਼ਾਨਾ ਦਿੱਤਾ ਬਾਬਾ ਈਸ਼ਰ ਸਿੰਘ ਮਹਾਰਾਜ ਨੇ। ਅਤੇ 92 ਟ੍ਰੈਫਿਕ ਸਿੱਖ ਵਾਸਤੇ ਸੜਕ ਕੱਢ ਦਿੱਤੀ ਬਾਬਾ ਈਸ਼ਰ ਸਿੰਘ ਮਹਾਰਾਜ ਨੇ। ਇਸ ਕਰਕੇ ਅੰਮ੍ਰਿਤ ਛਕਣਾ ਬੜਾ ਜ਼ਰੂਰੀ, ਕੋਈ ਬਾਹਲੀ ਵੱਡੀ ਗੱਲ ਹੀ ਡਰਨਾ ਨਹੀਂ ਚਾਹੀਦਾ। ਸਿਰਫ ਮੋਹਰ ਆਵਾਜ਼ਾਂ ਵਾਲੇ ਦੀ, ਜਿਵੇਂ ਆਪਾਂ ਰਹਿੰਦੇ ਉਵੇਂ ਹੀ ਰਹੋ, ਪਿਆਰ ਨਾਲ ਰਿਸ਼ਤੇਦਾਰਾਂ ਵਿੱਚ ਰਹੋ, ਖਾਓ ਪੀਓ, ਪਰ ਗੁਰਮੁਖੋ ਖਾਣਾ ਪੀਣਾ ਕਿਹੜਾ, ਅੰਮ੍ਰਿਤ ਖਾਣਾ, ਅੰਮ੍ਰਿਤ ਪਹਿਨਣਾ, ਨਾਨਕ ਨਾਮ ਵਡਿਆਈ ਹੋਵੇ। ਗੁਰੂ ਬਾਜਾਂ ਵਾਲੇ ਦੀ ਮੋਹਰ ਲਾਉਣੀ ਚਾਹੀਦੀ ਹੈ। ਹਰ ਮੱਸਿਆ 'ਤੇ ਅੰਮ੍ਰਿਤ ਛਕਾਇਆ ਜਾਂਦਾ, ਬੰਦਾ ਬੇਫਿਕਰ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਸੱਜੇ ਪਾਸੇ ਅੰਗ ਸੰਗ ਬੰਦੇ ਦੇ ਰਹਿੰਦਾ, ਜਦੋਂ ਬੰਦਾ ਅੰਮ੍ਰਿਤ ਛਕ ਲੈਂਦਾ, ਗੁਰੂ ਦਾ ਬਚਨ ਮੰਨਦਾ, ਪਹਿਰਾ ਦੇਈਏ, ਕਮਾਈ ਕਰੀਏ, ਭਾਗਾਂ ਨਾਲ ਸਮਾਂ ਮਿਲਿਆ। ਸੁਖਮਨੀ ਸਾਹਿਬ ਦੇ ਆਪਾਂ ਸਾਰਿਆਂ ਨੇ ਮਹੀਨਾ ਪਰ ਬਾਣੀ ਹੈ ਗੁਰੂ ਦੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ, ਤੁਸੀਂ ਸਾਰੇ ਸੇਵਕ, ਆਪਾਂ ਸੇਵਕ ਹਾਂ, ਕਿਵੇਂ ਸੇਵਕ ਹੈ, ਗੱਲਾਂ ਬਾਤਾਂ ਦੇ, ਖਾਣ ਪੀਣ ਦੇ, ਨਹੀਂ ਨਹੀਂ, 50 ਪਾਠ ਮਹੀਨੇ ਦੇ ਕਰਨੇ ਆ ਅਸੀਂ ਸੁਖਨੀ ਸਾਹਿਬ ਦੇ, ਤਾਂ ਸੇਵਕਾਂ, 50 ਪਾਠ ਸੁਖਨੀ ਸਾਹਿਬ ਦੇ ਕਰੀਏ ਨਾ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜਾਂਦਾ। ਆਹ ਹੁਣ ਜੋੜ ਕੀਤਾ ਸੀ ਪਾਠਾਂ ਦਾ, ਮਾਈ ਭਾਈ ਵੀ ਬਜ਼ੁਰਗਾਂ ਦਾ ਰਲ ਕੇ ਪਿਛਲੀ ਮੱਸਿਆ ਤੋਂ ਇਸ ਮੱਸਿਆ ਤੱਕ ਬਾਬਾ ਆਨੰਦ ਸਿੰਘ ਮਹਾਰਾਜ ਅਵਤਾਰ ਦਿਹਾੜੇ ਦਾ ਮਾਈਆਂ ਬੀਬੀਆਂ ਗੁਰਮੁਖਾਂ ਨੇ ਜਿਹੜਾ ਪਾਠ ਕੀਤਾ, 1092 ਪਾਠ ਹੋ ਚੁੱਕੇ ਹੈ ਬਾਬਾ ਦੀ ਮਿਹਰ ਦਾ ਸਦਕਾ। 1000 ਖੰਡ ਪਾਠ ਹੋ ਚੁੱਕਾ ਬਾਬਾ ਜੀ ਦੇ ਅਵਤਾਰ ਦਿਹਾੜੇ ਦਾ। ਵੇਖੋ ਕਿੱਡੀ ਜੁਗਤੀ ਹੈ ਬਾਬਾ ਜੀ ਦੇ ਘਰ ਦੇ ਵਿੱਚ। ਇੱਕ ਵਾਰੀ ਵਾਹਿਗੁਰੂ ਕਹਿਣਾ ਔਖਾ ਹੋਇਆ ਪਿਆ ਕਲਯੁੱਗ ਦੇ ਵਿੱਚ, ਇਹ ਕਿੱਡੀ ਮਿਹਰ ਹੈ। ਖੋਈ ਤਾਂ ਖੋਈ ਤੱਤ ਵਿਚਾਰਿਓ, ਇਹ ਤੱਤ ਹੈ ਬਾਬਾ ਜੀ ਦੇ ਘਰ ਦਾ। ਸੋ ਇਸ ਕਰਕੇ ਆਓ, ਜੇ ਸੁਖਨੀ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਜਾਂਦੀ, ਜਪਜੀ ਸਾਹਿਬ ਦੇ 10 ਪਾਠ ਰੋਜ਼ ਦੇ ਕਰਿਆ ਕਰੋ, ਵਾਰੀ ਵਾਰੀ ਜਪਜੀ ਸਾਹਿਬ 10 ਪਾਠ ਕਰੀਏ ਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਹੀਨੇ ਬਾਅਦ ਤੈਨੂੰ ਪ੍ਰਾਪਤ ਜ਼ਰੂਰ ਹੋਵੇਗਾ। 250 ਪਾਠ ਮਹੀਨੇ ਦਾ ਕਰਨਾ। ਜੇ ਪਹਿਲੀ ਪੌੜੀ ਜਪਜੀ ਸਾਹਿਬ ਨਹੀਂ, ਪਹਿਲੀ ਪੌੜੀ ਦੀ ਹੈ ਮਾਲਾ, 6 ਮਾਲਾ ਰੋਜ਼ ਕਰਿਆ ਕਰੋ ਪਹਿਲੀ ਪੌੜੀ ਦੀਆਂ। ਪਹਿਲੀ ਪੌੜੀ ਨਾਨਕ ਹੋਸੀ ਭੀ ਸੱਚ ਤੱਕ, ਬਾਬਿਆਂ ਦੇ ਅਵਤਾਰ ਦਿਹਾੜੇ 'ਤੇ ਐਂ ਲੈ ਕੇ ਜਾਇਓ ਕੁਛ, ਕੀ ਤੁਹਾਨੂੰ ਡਰ ਲੱਗੇ, ਭੈ ਲੱਗੇ, ਅੱਗ ਦਿਸੇ, ਭੂਤ ਦਿਸੇ, ਪ੍ਰੇਤ ਦਿਸੇ। ਪਹਿਲੀ ਪੌੜੀ ਦਾ ਪਾੜ ਐਡਾ ਵੱਡਾ ਟੈਂਕ ਦਾ ਗੋਲਾ, ਇਹਦੇ ਮੂਹਰੇ ਕੋਈ ਨਹੀਂ ਅੜ ਸਕਦਾ, ਕੋਈ ਨਹੀਂ ਅੜ ਸਕਦਾ। ਅਤੇ ਜੇ ਅਨਪੜ੍ਹ ਆ ਨਾ, ਅਤੇ ਪੜ੍ਹਿਆ ਵਾ ਕੋਈ ਮੂਹਰੇ ਮੂਹਰੇ ਬੋਲੀ ਜਾਵੇ, ਤਾਂ 40 ਦਿਨਾਂ ਦੇ ਵਿੱਚ ਐਨ ਟਿਕਾ ਕੇ ਵਧੀਆ ਪਹਿਲੀ ਪੌੜੀ ਦਾ ਪਾਠ ਆਉਣ ਲੱਗ ਜਾਊਗਾ। ਐਡਾ ਸੌਦਾ ਸਸਤਾ, ਤੁਸੀਂ ਇੱਥੋਂ ਤੁਰੇ ਜਾਓ,
ਤੁਹਾਡੇ ਮੂਹਰੇ ਤੁਹਾਨੂੰ ਪਤਾ ਲੱਗ ਜਾਵੇ ਵੀ ਅੱਗ ਦਿਸਦੀ ਹੈ, ਅਤੇ ਤੁਸੀਂ ਜਦੋਂ ਪਾਠ ਕਰੋਗੇ ਤੁਹਾਡੇ ਮੂਹਰੇ ਮੂਹਰੇ ਜਾਊ, ਮੂਹਰੇ ਮੂਹਰੇ ਤੁਹਾਡੇ ਲਵੇ ਨਹੀਂ ਕੋਈ ਲੱਗ ਸਕਦੀ ਚੀਜ਼। ਇਹ ਗੱਲ ਪੱਲੇ ਬੰਨਿਓ। ਛੇ ਮਾਲਾ ਪਹਿਲੀ ਪੌੜੀ ਦੀਆਂ ਕਰੀਏ ਨਾ, ਪਹਿਲੀ ਪੌੜੀ ਦੀਆਂ ਪਾਠ ਕਰੀਏ ਛੇ ਮਾਲਾ, ਕਿਤੇ ਅੰਤ ਦਾ ਸਮਾਂ ਆ ਜਾਵੇ ਅਤੇ ਜੰਮ ਲੈ ਜਾਣ, ਅਤੇ ਕਿਤੇ ਜਮਾਂ ਦੇ ਡੰਡੇ ਪੈਂਦੇ ਹੋਣ, ਕਿਤੇ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਦੀ ਬਾਜ ਮੂੰਹ 'ਚੋਂ ਆ ਜਾਵੇ। ਪਰ ਤੇਰੇ ਸਾਧ ਸੰਗਤ ਇੰਨੀ ਕਹਿਣ ਦੀ ਡੇਰ ਹੈ ਗੁਰੂ ਨਾਨਕ ਨੇ ਉਹਦੇ ਪਹੁੰਚ ਜਾਣਾ, ਜਮਦੂਤਾਂ ਨੇ ਤੈਨੂੰ ਛੱਡ ਕੇ ਭੱਜ ਜਾਣਾ ਸਾਧ ਸੰਗਤ। ਪਹਿਲੀ ਪੌੜੀ ਨਾ, ਆਹ ਹੋਰ ਮੰਤਰ ਮੁੰਤਰ ਜੇ ਚੱਕੀ ਫਿਰਦੇ ਹਾਂ, ਕੰਨਾ ਵਾਟੀ ਗੁਰ ਤੂੰ ਮੇਰਾ ਚੇਲਾ ਮੈਂ ਤੇਰਾ ਗੁਰ, ਅੱਗੇ ਦੇ ਸਵਾ ਰੁਪਈਆ ਗਾਂਹ ਨਾ ਦੱਸੀ ਕਿਸੇ ਨੂੰ, ਇਹ ਕੋਈ ਮੰਤਰ ਮੁੰਤਰ ਹੈ? ਕੱਚੇ ਗੁਰੂਆਂ ਨੂੰ ਛੱਡ ਦਿਓ, ਸਤਿਗੁਰ ਪੂਰਾ ਸੇਵੀ ਹੈ, ਦੁੱਖਾਂ ਕਾ ਹੋਵੇ ਨਾਸ, ਨਾਨਕ ਨਾਮ ਧਿਆਈਏ ਤੇ ਕਾਰਜ ਕਾਰਜਾ ਵਾ ਰਾਸ। ਉੱਥੇ ਸੇਲ ਭਰਾ ਠਾਠ ਹੈ, ਉੱਥੇ ਪ੍ਰੇਮਿਕੇ ਦਾ ਮੁੰਡਾ ਨਹੀਂ ਹੈ, ਮੈਂ ਕੀ ਕਰਾਂ ਫਿਰ? ਅੱਗੇ ਜੀ ਸਿਓ ਦਿਓ, ਮੈਂ ਸਿਓ ਨਾ ਨਹੀਂ ਹੁੰਦਾ, ਸਿਓ ਤਾਂ ਦੁਕਾਨ 'ਤੇ ਬਹੁਤ ਪਏ ਹੈ, ਸਿਓ ਨਾ ਨਹੀਂ ਹੁੰਦਾ, ਇਹ ਤਾਂ ਸਿਮਰਨਾ ਹੁੰਦਾ ਕਮਾਈਆਂ ਦੀਆਂ ਗੱਲਾਂ, ਸਾਸ ਕਮਾਈ ਦੀਆਂ। ਉੱਥੇ ਸਾਧ ਸੰਗਤ ਮੈਂ ਕਮਾਈ ਕਰੇ ਅੰਮ੍ਰਿਤ ਛਕ ਲਓ, ਮੈਂ ਕਿਹਾ ਜੀ ਛਕਿਆ ਵੈ ਛਕਿਆ ਵੈ, ਮੈਂ ਕਿਹਾ ਗਾਤਰਾ ਨਹੀਂ ਪਾਇਆ, ਕਹਿੰਦੇ ਉਹ ਤਾਂ ਕਸ਼ਹਿਰਾ ਵੀ ਹੈ ਨਹੀਂ ਗਾ, ਮੈਂ ਕਿਹਾ ਕਿਹੜਾ ਅੰਮ੍ਰਿਤ ਦਾ, ਕਹਿੰਦਾ ਸਾਡਾ ਦੂਜਾ, ਦੂਜਾ ਫਿਰ ਨੰਗ ਤੜੰਗਾ ਹੀ ਹੋਇਆ ਨਾ, ਕਿਸੇ ਕਸ਼ਹਿਰਾ ਨਹੀਂ ਹੈ, ਮੈਂ ਕਿਹਾ ਕਿਹੜਾ ਅੰਮ੍ਰਿਤ ਤੁਹਾਡਾ, ਕਹਿੰਦੇ ਸਾਡਾ ਅੰਮ੍ਰਿਤ ਕੰਨ ਵਾਲਾ, ਜਿਹੜੇ ਪੰਜ ਪਿਆਰੇ ਮੰਤਰ ਦੇ ਉਹ ਵੀ ਕੰਨ ਵਿੱਚ ਦੇ ਦਿੰਦੇ ਕਿ ਨਾਸਾਂ ਵੀ ਦੇ ਦਿੰਦੇ ਆ, ਸਾਰਾ ਹੈ ਤਾਂ ਕੰਨ ਵਿੱਚ ਨਹੀਂ ਸੁਣਦੀ ਗੱਲ, ਤਾਂ ਪਾਣੀ ਤਾਂ ਕੰਨ ਵੀ ਦੀ ਸੁਣਦੀ ਹੈ, ਆਖੇ ਸਾਡਾ ਤਾਂ ਕੰਨ ਵਾਲਾ, ਅਸੀਂ ਤਾਂ ਲਿਆ ਵਾ ਮੰਤਰ, ਮੈਂ ਕੀ ਦਿੱਤਾ? ਕਹਿੰਦੇ ਨਹੀਂ ਉਹ ਨਹੀਂ ਦੱਸਣਾ, ਅਸੀਂ ਦੱਸਣਾ ਨਹੀਂ, ਅਸੀਂ ਨਹੀਂ ਦੱਸਣਾ। ਹੁਣ ਜਿਹੜੀ ਚੀਜ਼ ਚੋਰੀ ਦੀ ਹੋਵੇ ਨਾ, ਉਹ ਨਹੀਂ ਅਗਲਾ ਦੱਸਦਾ, ਜਿਹੜੀ ਚੀਜ਼ ਮੁੜਕਾ ਲਿਆ ਕੇ ਬਣਾਈ ਹੋਵੇ ਉਹ ਰੌਲਾ ਪਾਉਂਦਾ ਵੀ ਆਹ ਕੀਤਾ ਅਸੀਂ, ਕੰਮ ਕੀਤਾ ਪਿਆ, ਮੰਡੀ 'ਚ ਬੈਠਾ ਬੋਹੜ ਲੱਗਿਆ ਬੈਠਾ, ਕਹਿੰਦਾ ਬਾਪੂ ਕਿਵੇਂ ਬੈਠਾ? ਕਹਿੰਦਾ ਬੈਠਾ ਨਾ ਕੀ ਕਰਾਂ, ਉਹ ਬੋਹੜ ਲਾਇਆ ਸੱਪਾਂ ਦੀਆਂ ਸਿਰੀਆਂ ਮਿੱਧ ਕੇ। ਜਿਹੜੇ ਚੋਰੀ ਦਾ ਹੁੰਦਾ ਉਹ ਨਹੀਂ ਦੱਸਦਾ ਅਗਲਾ ਚੋਰੀ ਦਾ, ਆਹ ਜਿਹੜੇ ਮੰਤਰ ਮੁੰਤਰ ਚੱਕੀ ਫਿਰਦੇ ਆ, ਕਹਿੰਦੇ ਚੋਰੀ ਦਾ ਜਿਹੜਾ ਹੋਏ ਹੀ ਸੱਚਾ ਸੌਦਾ, ਅਤੇ ਫਿਰ ਕੀ ਗੱਲ ਵੀ ਦੱਸਣਾ ਨਹੀਂ, ਦੱਸਣਾ ਨਹੀਂ, ਨਾ ਸੱਚਾ ਸੌਦਾ ਊਂ ਮੂਲੀਆਂ ਦਾ ਸੌਦਾ, ਊਂ ਗੋਭੀ ਦਾ ਸੌਦਾ, ਆਲੂਆਂ ਦਾ ਟਮਾਟਰਾਂ ਦਾ ਸੌਦਾ ਲੈ, ਗੁਰੂ ਕਿੱਥੇ ਹੈ? ਗੁਰੂ ਕਹਿੰਦੇ ਕਿ 3 ਕਰੋੜ ਦੇ ਗੰਢੇ ਵੇਚਣਗੇ, ਗੰਢੇ 3 ਕਰੋੜ ਦੇ ਗੰਢੇ, ਸਾਡੇ ਗੁਰੂ ਨੇ ਕੀ ਵੇਚਿਆ? ਸਾਡੇ ਗੁਰੂ ਸਾਹਿਬ ਨੇ ਵੇਚਿਆ ਨਾਮ ਗੋਬਿੰਦ ਕਾ, ਨਾਮ ਗੋਬਿੰਦ ਕਾ ਵੇਚਿਆ। ਇਸ ਕਰਕੇ ਸਾਧ ਸੰਗਤ ਨਾਮ ਬਿਨਾਂ ਸਾਡਾ ਬੇੜਾ ਪਾਰ ਨਹੀਂ ਹੋਣਾ। ਪਹਿਲੀ ਪੌੜੀ ਛੇ ਮਾਲਾ ਕਰੀ ਕਰੀ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲਦਾ, ਨਾ ਹੋ ਸਕੇ ਵਾਹਿਗੁਰੂ ਸ਼ਬਦ 80 ਮਾਲਾ, ਤੁਰਦੇ ਫਿਰਦੇ ਵਹਿੰਦੇ ਉੱਠਦੇ 80 ਮਾਲਾ ਵਾਹਿਗੁਰੂ ਸ਼ਬਦ ਦੀਆਂ ਜਪਿਆ ਕਰੋ, ਜਪਿਆ ਕਰੋ, ਤੁਰਦੇ ਫਿਰਦੇ ਵਹਿੰਦੇ ਉੱਠਦੇ ਵਾਹਿਗੁਰੂ, ਕਈ ਵਾਹਿਗੁਰੂ ਨਹੀਂ ਵਾਹਿਗੁਰੂ ਕਹਿਣਾ, ਕਈ ਵਾਖਰੂ ਖੁਰੂ ਖੱਖਾ ਨਹੀਂ ਲਾਉਣਾ, ਸਿੱਧਾ ਹੀ ਵਾਹਿਗੁਰੂ, ਗੁਰੂ ਨਿਸ਼ਾਨਾ ਗੁਰੂ ਨਾਨਕ ਦਾ ਲੈਣਾ, ਵਾਹ ਅਸੀਂ ਆਪਣੀ ਆਤਮਾ ਦਾ ਵਾਹ ਪਾਉਣਾ ਗੁਰੂ ਦੇ ਨਾਲ, ਗੁਰੂ ਕਿਹੜਾ? ਗੁਰੂ ਗੁਰੂ ਨਾਨਕ, ਵਾਹ ਗੁਰੂ, ਗੁਰੂ ਕਿਹੜਾ? ਗੁਰੂ ਗੁਰੂ ਨਾਨਕ, ਗੁਰੂ ਨਾਨਕ ਦੇ ਨਾਲ ਅਸੀਂ ਸਿਰਫ ਗੰਢ ਪਾਉਣੀ ਹੈ। ਸਤਿਕਾਰ ਸਕਦਾ ਕਰੋ, ਪਿਆਰ ਸਕਦਾ ਕਰੋ, ਸੰਗਤ ਮਹਾਂਪੁਰਖਾਂ ਨਹੀਂ ਕਰੋ, ਕਿਹੜੇ? ਜਿਹੜੇ ਅੰਮ੍ਰਿਤ ਛਕਾਉਣ, ਅੰਮ੍ਰਿਤ ਵੇਲੇ ਠਾਉਣ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ, ਉਹਨਾਂ ਦੇ ਬਚਨ ਸੁਣੋ, ਉਹਨਾਂ ਬਚਨਾਂ 'ਤੇ ਪਹਿਰਾ ਦੇਈਏ। ਆਓ ਸਾਲ ਬਾਅਦ ਬਾਬਾ ਜੀ ਦਾ ਅਵਤਾਰ ਦਿਹਾੜਾ, ਖਾਲੀ ਨੇ ਜਾਈਏ ਕਿਣਕਾ ਦਰਗਾਹੀ ਪ੍ਰਸ਼ਾਦ,
ਸਾਰੇ ਲੈ ਕੇ ਜਾਈਏ, ਪ੍ਰਸ਼ਾਦ ਮਿਲਦਾ। ਜੇ ਬੰਦਾ ਵਾਹ ਕੱਢੇ, ਬੁੱਕ ਕਰੇ, ਫਿਰ ਮਿਲਦਾ। ਹੁਣ ਗੁਰੂ ਸਾਹਿਬ ਬੈਠੇ ਦਰਗਾਹੀ, ਪ੍ਰਸ਼ਾਦ ਸਾਰੇ ਲੈ ਕੇ ਜਾਓ, ਸਾਰਿਆਂ ਨੇ ਜਪਣਾ, ਸਾਰੇ ਵਾਹਾਂ ਖੜੀਆਂ ਕਰੋ। ਸਾਲ ਬਾਅਦ ਦਿਹਾੜਾ ਆਇਆ ਅਤੇ ਬਾਬਾ ਜੀ ਕਿਰਪਾ ਸਾਲ ਦਾ ਰਾਸ਼ਨ ਲੈ ਕੇ ਜਾਇਓ, ਸਾਰੇ ਸ਼ਾਬਾਸ਼ੇ ਭਾਗਾਂ ਦੇ ਨਾਲ ਸਮਾਂ ਬਣਿਆ। ਇਹ ਸਮਾਂ ਹਰੇਕ ਨੂੰ ਮਿਲਦਾ ਨਹੀਂ। ਕੋਈ ਢਿੱਡ ਵਾਸਤੇ ਵਾਹਾਂ ਖੜੀਆਂ ਕਰਾਉਂਦਾ, ਕੋਈ ਆਪਣੇ ਲੀਡਰੀ ਵਾਸਤੇ, ਅਤੇ ਕੋਈ ਸਾਧ ਸੰਗਤ ਆਪਦੇ ਜਵਾਕਾਂ ਵਾਸਤੇ। ਬਾਬਾ ਜੀ ਦੀ ਕਿਰਪਾ ਸਦਾ, ਬਾਬਾ ਆਨੰਦ ਸਿੰਘ ਦਾ ਘਰ ਹੈ, ਤੁਹਾਡੇ ਜੀਵਨ ਵਾਸਤੇ ਤੁਹਾਡੀਆਂ ਵਾਹਾਂ ਖੜੀਆਂ ਕੀਤੀਆਂ ਜਾਂਦੀਆਂ। ਤੁਸੀਂ ਡਰਿਆ ਨਾ ਕਰੋ, ਇੱਥੇ ਪਾਪ ਜਿੰਨੇ ਮਰਜ਼ੀ ਰੱਖ ਜਾਓ, ਇੱਥੋਂ ਅੱਜ ਜਿੰਨੀਆਂ ਮਰਜ਼ੀ ਪੁੰਨਾਂ ਦੀਆਂ ਪੰਡਾਂ ਬੰਨ ਕੇ ਲੈ ਜਾਓ, ਇੱਥੇ ਸਮੁੰਦਰ ਨਾਮ ਬਾਣੀ ਦਾ ਠਾਠਾ ਮਾਰਦਾ ਬਾਬਾ ਜੀ ਦਾ ਘਰ। ਸੋ ਇਸ ਕਰਕੇ ਆਓ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ। ਜੇ ਕਿਸੇ ਨਵੇਂ ਸੰਗੀ ਨੂੰ ਲਿਆਉਣਾ, ਉੱਥੋਂ ਇੱਥੋਂ ਦੀ ਮਰਯਾਦਾ ਦੱਸੋ ਵੀ ਆਹ ਮਰਯਾਦਾ, ਇਸ ਮਰਯਾਦਾ ਚੱਲਣਾ ਪਊਗਾ। ਉੱਥੇ ਤਮਾਸਾ ਨਹੀਂ, ਡਰਾਮਾ ਨਹੀਂ, ਮੇਲਾ ਨਹੀਂ। ਬਾਬਾ ਜੀ ਨੂੰ ਕੋਈ ਇਕੱਠ ਦੀ ਗੱਲ ਨਹੀਂ ਵੀ ਇਕੱਠ ਵੱਧ ਹੋਵੇ, ਇਕੱਠ ਤਾਂ ਸਾਧ ਸੰਗਤ ਖੁਸਰਿਆਂ ਕੋਲ ਵੀ ਬਹੁਤ ਹੋ ਜਾਂਦਾ। ਇਹ ਦਰਬਾਰ ਸੱਚੇ ਪਾਤਸ਼ਾਹ ਦਾ, ਜੇ ਅਸੀਂ ਮਾੜੀ ਜੀ ਮਰਯਾਦਾ ਢਿੱਲੀ ਕਰ ਦਈਏ ਨਾ ਵੀ ਆ ਜਾਓ, ਦੁੱਧ ਪੀਆ ਕਰੋ ਅਤੇ ਦੇਗ ਲੈ ਕੇ ਸੌਂ ਜਿਆ ਕਰੋ ਅਤੇ ਘੁੱਟ ਕੁ ਪੀ ਲਿਆ ਕਰੋ ਅਤੇ ਕੋਈ ਕਿਸੇ ਮੂੰਹੋਂ ਫਿਰ ਮਗਰੋਂ ਸੁੱਕੀ ਚਾਹ ਚੱਬ ਲਿਆ ਕਰੋ ਅਤੇ ਘੁੱਟ ਕੁ ਪੀ ਲਿਆ ਕਰੋ ਅਤੇ ਸਾਹ ਸੰਗ ਨਿੰਬੂ ਪੀ ਲਿਆ ਕਰੋ, ਕੋਈ ਗੱਲ ਨਹੀਂ, ਫਿਕਰ ਨਾ ਕਰੋ, ਆਪਾਂ ਉਈ ਉਈ ਹੈ। ਫਿਰ ਇੱਥੇ ਲੋਕਾਂ ਦੀਆਂ ਪੈਲੀਆਂ ਮਿੱਧ ਦੇਣ, ਇੰਨਾ ਇਕੱਠ ਹੋ ਜਾਵੇ। ਇਹ ਤਾਂ ਸਾਹ ਸੰਗ ਸਮੁੰਦਰ ਨੂੰ ਬੰਨ ਲਾਇਆ, ਚਾਰ ਚੁਫੇਰੇ ਬੰਨ ਲਾਇਆ, ਬੰਨ ਹਰੇਕ ਲਾ ਨਹੀਂ ਸਾ ਸਮੁੰਦਰ ਨੂੰ, ਸਮੁੰਦਰਾਂ ਦੇ ਵਹਿਣਾਂ ਨੂੰ ਸਰਕਾਰ ਵੀ ਲਾ ਨਹੀਂ ਸਕਦੀ ਵਹਿਣ, ਇਹ ਤਾਂ ਨਾਮ ਦੇ ਨਾਲ ਹੀ ਸਾਹ ਸਮੁੰਦਰ ਰੁਕ ਸਕਦਾ। ਸੋ ਇਸ ਕਰਕੇ ਆਓ, ਅੰਮ੍ਰਿਤ ਵੇਲੇ ਜ਼ਰੂਰ ਉੱਠਿਓ, ਜਾਗਿਓ। ਜਿਹੜਾ ਅੰਮ੍ਰਿਤ ਵੇਲੇ ਉੱਠਦਾ ਉਹਦਾ ਗੁਰੂ ਦੇ ਨਾਲ ਫੁੱਲ ਪਿਆਰ ਹੈ, ਪੂਰਾ ਪਿਆਰ ਹੈ। ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਭਗਤਾਂ ਨੂੰ ਪਾਇਆ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਸੀ, ਜਿਨ੍ਹਾਂ ਨੇ ਦੁਨੀਆਂ ਨੂੰ ਉੱਠਣ ਲਾਏ। ਉਸ ਫਰੀਦ ਦੀ ਮਾਤਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾ ਦਿੱਤਾ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਫਰੀਦ। ਇਹ ਦਰਬਾਰ ਵਿੱਚ ਆਓ, ਦੁਆਨਾ ਚਾਹੋ, ਸਾਰੇ ਪੱਗ ਬੰਨਿਆ ਕਰੋ, ਦਸਤਾਰ ਬੰਨਿਆ ਕਰੋ, ਪੱਗ ਪੰਜ ਗਜ ਦੀ ਦਸਤਾਰ ਬੰਨਣੀ ਚਾਹੀਦੀ ਹਰੇਕ ਨੂੰ। ਗੁਰੂ ਗੋਬਿੰਦ ਸਿੰਘ ਦੀ ਆਪਣੀ ਰਸਨਾ ਦਾ ਵਚਨ ਹੈ ਦੀਵਾਨ ਦਾ, ਵੀ 5 ਮੀਟਰ ਹੋਵੇ, 5 ਗਜ ਹੋਵੇ, ਚਾਹੇ ਗੋਲ ਬੰਨ ਲਾ ਅਤੇ ਚਾਹੇ ਸਾਹ ਨੋਕ ਵਾਲੀ ਬੰਨ ਲਾ ਅਤੇ ਸਾਹ ਸੰਤ ਵੱਧ ਜਾਵੇ, ਪੱਗ ਦਸਤਾਰ ਬੰਨਣੀ ਚਾਹੀਦੀ ਹੈ। ਖੇਤ ਨੂੰ ਜਾਂਦੇ ਹਾਂ, ਰਿਸ਼ਤੇਦਾਰ ਕੋਲ ਜਾਂਦੇ, ਜਾਂ ਦੁਪੱਟਾ ਬੰਨ ਲਓ, ਦੁਪੱਟਾ ਬੰਨ ਸਕਦੇ ਹਾਂ, ਪਰ 5 ਗਜ ਦੀ ਪੱਗ ਇਸ ਦਰਬਾਰ ਦੀ ਵਰਦੀ ਹੈ। ਸੋਹਣੀ ਪੱਗ ਬੰਨ ਕੇ, ਸੋਹਣੇ ਵਸਤਰ ਪਹਿਨ ਕੇ, ਨਹਾ ਧੋ ਕੇ ਆਉਣਾ ਚਾਹੀਦਾ ਇਹ ਦਰਬਾਰ ਦੇ ਵਿੱਚ। ਅਤੇ ਸਾਧ ਸੰਗਤ ਗੁਰੂ ਦੀ ਸ਼ਾਨ, ਗੁਰੂ ਦੇ ਸਿੱਖੀ ਦੇ ਸਕੂਲ ਦੀ ਸ਼ਾਨ ਹੈ, ਅਤੇ ਇਸ ਕਰਕੇ ਜਿੰਨੀ ਆਪਾਂ ਮਰਯਾਦਾ ਵਧਾ ਦਿਆਂਗੇ, ਓਨਾ ਹੀ ਗੁਰੂ ਸਾਡੇ ਵੱਲ ਨੂੰ ਵੱਧ ਜਾਵੇਗਾ। ਸੋ ਆਓ, ਕਮਾਈ ਕਰੀਏ, ਫਿਰ ਕੀ ਮਿਲਦਾ। ਆਓ ਲੋਕ ਸੁਖੀਏ, ਪਰ ਲੋਕ ਸਿਹਲੇ, ਨਾਨ ਕਰ ਪ੍ਰਭ ਆਪੇ ਮੇਲੇ, ਕਰੀਏ ਰਸਨਾ ਪਵਿੱਤਰ, ਲਵਾਈਏ ਹਾਰੀ, ਹਰ ਕਾ ਸੇਵਕ ਹਰ ਹੀ ਜੇਹਾ, ਧੰਨ ਬਾਬਾ ਆਨੰਦ ਸਿੰਘ ਜੀ, ਹਰ ਕਾ ਸੇਵਕ ਹਰ ਹੀ ਜੇਹਾ, ਧੰਨ ਬਾਬਾ ਆਨੰਦ ਸਿੰਘ ਜੀ। ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਬਾਬਾ ਆਨੰਦ ਸਿੰਘ ਜੀ।
ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਬਾਬਾ ਆਨੰਦ ਸਿੰਘ ਜੀ। ਜੈਸਾ ਸੁਣੀ ਦਾ ਪ੍ਰੀਤਮ ਮੇਰਾ ਅੱਖਾਂ ਨਾਲ ਦੇਖ ਲਿਆ, ਸੁਣੀ ਦਾ ਪ੍ਰੀਤਮ ਮੇਰਾ ਅੱਖਾਂ ਨਾਲ ਦੇਖ ਲਿਆ। ਬਾਪੂ ਬਾਬੇ ਦਾ ਖਜ਼ਾਨਾ ਦੇਖਿਆ, ਲਾਲਾਂ ਦੇ ਨਾਲ ਪਰਿਆ। ਪੜੋ ਬਾਬਾ ਜੀ ਧੰਨ ਹਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਬਾਬਾ ਈਸ਼ਰ ਸੋ ਕਈ ਮੌਕੇ ਵਚਨ ਕਰਦੇ ਸਨ, ਜਿਹਨੂੰ ਬਾਪੂ ਆਪੇ ਦਾ ਖਜ਼ਾਨਾ ਮਿਲ ਗਿਆ। ਬਾਬਾ ਜੀ ਕਹਿੰਦੇ ਗਿਆਨ ਬਹੁਣਾ ਗਾਵੇ ਗੀਤ, ਭੁੱਖਾ ਮੁੱਲਾ ਕਰੇ ਮਸੀਤ, ਖਨਮੱਟੂ ਹੋਵੇ ਕੰਨ ਪੜਾਏ, ਗੁਰ ਪੀਰ ਸਦਾਏ, ਹਜੇ ਵੀ ਖੰਨੀ ਖੰਨੀ ਨੂੰ ਮੰਗਣ ਜਾਏ। ਬਾਬਾ ਜੀ ਕਹਿੰਦੇ ਕਸ਼ਹਿਰਾ ਪਾਇਆ ਗਾਤਰਾ ਪਾਇਆ, ਹਜੇ ਵੀ ਆਪਣੇ ਮਾਲਕ 'ਤੇ ਮਾਣ ਕਰਦਾ ਅਤੇ ਹਜੇ ਵੀ ਖੰਨੀ ਖੰਨੀ ਮੀਂਹ ਪੈਂਦਾ। ਬਾਬਾ ਜੀ ਅਨੇਕਾਂ ਮਿਸਾਲਾਂ ਹਨ। ਤਰਾਮੂ ਵਾਲਾ ਪਿੰਡ ਸੀ, ਬਾਬਾ ਈਸ਼ਰ ਸਮਾਰਾ ਦੀਵਾਨ ਲਾਏ, ਉੱਥੇ ਇੱਕ ਭਾਮੀ ਧੋਤੀ ਜੀ ਵਾਲਾ ਸੰਤ ਸੀ। ਉਹ ਬਾਬਾ ਜੀ ਨੂੰ ਕਹਿਣ ਲੱਗਾ, ਬਾਬਾ ਜੀ ਤੁਸੀਂ ਵਚਨ ਤਾਂ ਕੀਤੇ ਹੈ, ਕੋਈ ਸਾਖੀ ਤਾਂ ਸੁਣਾਈ ਨਹੀਂ। ਸਾਖੀ ਮੇਰੇ ਕੋਲ ਇੱਕ ਗ੍ਰੰਥ ਆ, ਵਿਆਕਰਨ 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 ਗ੍ਰੰਥ। ਬਾਬਾ ਜੀ ਕਹਿੰਦੇ ਅੱਛਾ ਤੂੰ ਪੜ੍ਹਿਆ ਕਿ ਪੜ੍ਹਿਆ। ਬਾਬਾ ਜੀ ਕਹਿੰਦੇ ਤੇਰੇ ਕੋਲ ਵਿਆਕਰਨ ਗ੍ਰੰਥ ਹੈ ਕਿ ਮੇਰੇ ਕੋਲ ਵਿਆਕਰਨ ਗ੍ਰੰਥ ਹੈ? ਉਹ ਕਹਿੰਦਾ ਵਿਆਕਰਨ ਵੀ ਹੈਗਾ। ਬਾਬਾ ਜੀ ਕਹਿੰਦੇ ਹਾਂ ਹੈ, ਤੇਰੇ ਕੋਲ ਵਿਆਕਰਨ, ਮੇਰੇ ਕੋਲ ਵਿਆਕਰਨ ਗ੍ਰੰਥ ਹੈ, ਵਿਆਕਰਨ ਗ੍ਰੰਥ ਹੈ। ਉਹ ਕਹਿੰਦੇ ਜੀ ਉਹ ਕਿਹੜਾ? ਬਾਬਾ ਜੀ ਕਹਿੰਦੇ ਜੇ ਪੜ੍ਹੇਗਾ, ਜੇ ਬਾਬਾ ਜੀ ਕਹਿੰਦੇ ਮੰਨੇਗਾ ਫੇਰ ਹੀ ਦੱਸਾਂਗੇ ਨਾ, ਦੱਸਾਂਗੇ। ਕਹਿੰਦੇ ਮੈਂ ਤਾਂ ਬਹੁਤ ਵਿਦਵਾਨ ਹਾਂ, ਪੜ੍ਹੇ ਮੈਂ ਤਾਂ ਸਾਰੇ ਗ੍ਰੰਥ ਫੋਲਤੇ, ਆਹ ਤੁਸੀਂ ਨਵੇਂ ਹੀ ਨਾਂ ਰੱਖਤਾ, ਵਿਆਕਰਨ ਵੀ ਗ੍ਰੰਥ ਹੈ। ਬਾਬਾ ਜੀ ਕਹਿੰਦੇ ਵਿਆਕਰਨ ਦਾ ਕੀ ਹਾਲ ਹੈ ਤੇਰੇ ਦਾ, ਜੇ ਵਿਆਕਰਨ ਗ੍ਰੰਥ ਤੂੰ ਪੜ੍ਹਿਆ? ਪਰ ਪ੍ਰਸ਼ਾਦਾ ਅਖੇ ਮੰਗ ਲਈਦਾ,
ਬਾਬੇ ਕਹਿੰਦੇ ਮੰਗਤਾ ਵੀ ਮੰਗਦਾ ਅਤੇ ਵਿਆਹ ਕਰਨ ਵਾਲਾ ਵੀ ਮੰਗਦਾ ਮੰਗਦਾ। ਬਾਬਾ ਜੀ ਕਹਿੰਦੇ ਨਾਨਕ ਸਰ ਆ ਜੀ, ਬਾਬਾ ਜੀ ਕਹਿੰਦੇ ਅਸੀਂ ਵਿਆਹ ਕਰਨੀ ਹੈ, ਅਸੀਂ ਦੁਨੀਆ ਦਾ ਗੁਰੂ ਗ੍ਰੰਥ ਸਾਹਿਬ ਨਾਲ ਵਿਆਹ ਕਰਨ ਆਏ ਹਾਂ, ਅਸੀਂ ਸੰਗਤਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਵਿਆਹ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਸਾਡਾ ਪਤੀ ਹੈ, ਜਿਹੜਾ ਇਸਤਰੀ ਨੂੰ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਵੇਗਾ ਅਤੇ ਵਿਆਹੀ ਜਾਵੇਗੀ। ਬਾਬਾ ਜੀ ਕਹਿੰਦੇ ਫਿਰ ਉਹ ਭੁੱਖਾ ਨਹੀਂ ਮਰੇਗਾ, ਉਹਨੂੰ ਮੰਗਣ ਦੀ ਲੋੜ ਨਹੀਂ, ਮੰਗਣ ਦੀ ਲੋੜ ਨਹੀਂ। ਬਾਬਾ ਜੀ ਕਹਿੰਦੇ ਲਿਖ ਲਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬਾਬਾ ਜੀ ਕਹਿੰਦੇ ਅਸੀਂ ਵਿਆਹ ਕਰਨੀ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਵਿਆਹ ਕਰਨੇ ਹੈ, ਇਸ ਕਰਕੇ ਆਓ ਆਪਾਂ ਵੀ ਸੱਸ ਉਹੀ ਮਰਜ਼ਾਦਾ। ਬਾਬਾ ਜੀ ਕਹਿੰਦੇ ਜਿਹਨੂੰ ਬਾਪੂ ਬਾਬਾ ਜੀ ਗੁਰੂ ਨਾਨਕ ਕਲਗੀਆਂ ਵਾਲੇ ਬਾਬਾ ਆਨੰਦ ਸਿੰਘ ਦਾ ਬਾਬਾ ਈਸ਼ਰ ਸਿੰਘ ਦਾ ਖਜ਼ਾਨਾ ਮਿਲ ਗਿਆ ਅਤੇ ਫਿਰ ਸੱਸ ਨੂੰ ਪਾਟੇ ਲੀੜੇ 'ਤੇ ਮੰਗਣ ਦੀ ਕੀ ਲੋੜ ਹੈ, ਸ਼ੈਕਲਾਂ 'ਤੇ ਜਾ ਕੇ ਗਜ਼ਾ ਲਿਆਉਣ ਦੀ ਕੀ ਲੋੜ ਹੈ, ਉਹ ਤਾਂ ਆਪੇ ਭੇਜਦਾ ਗੁਰੂ ਨਾਨਕ। ਸੱਸ ਸੰਗਤ ਸੁਣਦੇ ਸੀ, ਪੜ੍ਹਦੇ ਸੀ, ਵੇਖਦੇ ਸੀ, ਅੱਜ ਅੱਖੀ ਵਰਤਮਾਨ ਵਰਤ ਰਿਹਾ। ਬਾਬਾ ਜੀ ਕਿਰਪਾ, ਸੱਸ ਸੰਗਤਾਂ ਸੇਵਾ ਮੰਗਦੀਆਂ। ਮਾਈ ਭਾਈ ਕਹਿੰਦੇ ਬਾਬਾ ਜੀ ਦੱਸੋ ਕਿਹੜੀ ਸੇਵਾ ਕਰੀਏ, ਦੇਖ ਦੱਸੋ। ਪਰ ਸੱਸ ਭਗਤੀ ਨੂੰ ਸਾਰਾ ਕੁਛ ਆਊ, ਤੁਸੀਂ ਘਰੇ ਭਗਤੀ ਕਰੋ, ਤੁਹਾਡੇ ਘਰੇ ਵੀ ਆਊਗਾ। ਕੀ ਨਹੀਂ ਆ ਸਕਦਾ ਭਗਤ ਨਾਮਦੇਵ, ਵੇਖੋ ਭਗਤੀ ਕੀਤੀ, ਭਗਵਾਨ ਕੀ ਕਹਿੰਦੇ। ਦੱਸੀ ਦੱਸੀ ਨਾਮਿਆ ਤੇਰਾ ਕਿਹੜਾ ਕੰਮ ਕਰੀਏ, ਦੱਸੀ ਦੱਸੀ ਨਾਮਿਆ ਤੇਰਾ ਕਿਹੜਾ ਕੰਮ ਕਰੀਏ, ਪੜ੍ਹੋ। ਦੱਸੀ ਦੱਸੀ ਨਾਮਦੇਵ ਨੇ ਕੀ ਦੱਸਿਆ, ਨਾਮਦੇਵ ਆਖਿਆ ਭਗਵਾਨ ਮੇਰਾ ਕੰਮ ਤਾਂ ਕੋਈ ਨਹੀਂ ਹੈ, ਮੇਰੀ ਇੱਛਾ ਸੀ ਵੀ ਤੂੰ ਮੰਦਰ ਵਿੱਚ ਰਹਿਣਾ ਮੰਦਰ 'ਚ, ਅਤੇ ਮੇਰਾ ਜੀ ਕਰਦਾ ਸੀ ਚੱਲ ਤੇਰੇ ਦਰਸ਼ਨ ਕਰਾਂ, ਮੇਰੇ ਮੰਦਰ ਨਹੀਂ ਹੈ, ਨਾ ਮੈਨੂੰ ਢੋਲਕ ਆਉਂਦੀ ਹੈ, ਨਾ ਚਿਮਟਾ ਆਉਂਦਾ, ਨਾ ਬਾਜਾ ਆਉਂਦਾ, ਨਾ ਮੇਰੇ ਕੋਲ ਸੰਖ ਆ, ਨਾ ਕੰਡਿਆਲ ਆ, ਮੈਂ ਤਾਂ ਤੇਰੇ ਦਰਸ਼ਨ ਕਰ ਰਿਹਾ ਸੀ ਮੰਦਰ ਦੇ ਵਿੱਚ ਮੰਦਰ 'ਚ, ਅਤੇ ਤੇਰੇ ਪੁਜਾਰੀਆਂ ਨੇ ਮੁੱਕੀਆਂ ਦੇ ਨਾਲ ਮੈਨੂੰ ਘੜਿਆ ਕੁੱਟਿਆ, ਉਹ ਮੈਂ ਡਰਦਾ ਹੋਇਆ ਮੰਦਰ ਦੇ ਪਿਛਲੇ ਪਾਸੇ ਬੈਠਾ, ਤੂੰ ਆਖਿਆ ਦੱਸੀ ਦੱਸੀ ਨਾਮਿਆ ਤੇਰਾ ਕਿਹੜਾ ਕੰਮ ਕਰੀਏ, ਮੇਰਾ ਕੰਮ ਕੋਈ ਨਹੀਂ, ਨਾ ਵੱਟਾਂ ਪਾਉਣੀਆਂ, ਨਾ ਕੋਈ ਆਲੂ ਵੱਟਣੇ, ਨਾ ਕਪਾਹ ਚੁਗਣੀ, ਮੇਰਾ ਇੱਕੋ ਹੀ ਕੰਮ ਹੈ, ਮੇਰਾ ਇੱਕੋ ਕੰਮ ਹੈ ਵੀ ਤੂੰ ਮੰਦਰ 'ਚ ਬੈਠਾ ਹੋਵੇਂ ਅਤੇ ਮੈਂ ਸਾਹਮਣੇ ਤੇਰੇ ਦਰਸ਼ਨ ਕਰਾਂ, ਮੈਂ ਹੋਰ ਕੋਈ ਕੰਮ ਨਹੀਂ, ਮੰਦਰ 'ਚ ਬੈਠਾ। ਭਗਵਾਨ ਕਹਿੰਦੇ ਆ ਜਾ ਫਿਰ ਆ ਜਾ, ਕਹਿੰਦੇ ਮੈਂ ਬਹਿਨਾ ਅਤੇ ਤੂੰ ਕਰ ਦਰਸ਼ਨ, ਕਹਿੰਦਾ ਨਹੀਂ ਅੱਗੇ ਮੇਰਾ ਤਾਂ ਸੇਕ ਦੇਣ ਵਾਲਾ ਹੋਇਆ ਪਿਆ ਰੋੜਿਆਂ ਦੇਣ, ਮੈਂ ਨਹੀਂ ਜਾਣਾ। ਭਗਵਾਨ ਕਹਿੰਦੇ ਫਿਰ ਮੰਗ ਕਿਵੇਂ ਪੂਰੀ ਹੋਊ, ਕਹਿੰਦਾ ਜਿਵੇਂ ਮਰਜ਼ੀ ਕਰ। ਭਗਵਾਨ ਨੇ ਸਭ ਵੱਡਾ ਸਰੀਰ ਕਰ ਲਿਆ, ਜੱਫਾ ਪਾ ਲਿਆ, ਮੰਦਰ ਨੂੰ ਦਿਉਰਾ ਹੀ ਫੇਰਤਾ, ਨਾਮਦੇਵ ਵੱਲ ਮੂੰਹ ਕਰਤਾ, ਆਪਣੇ ਮੰਦਰ ਦਾ, ਆਪਣੇ ਮੰਦਰ ਦਾ ਨਾਮ ਵੱਲ ਮੂੰਹ ਕਰਤਾ। ਸਾਹਿਬ ਵੇਖ ਲਓ, ਵਿਚਾਰ ਕਰਕੇ ਵੇਖ ਲਓ, ਪ੍ਰੇਮ ਦੀਆਂ ਪਾ ਕੇ ਡੋਰੀਆਂ, ਬਸ ਭਗਤਾਂ ਨੇ ਰੱਬ ਨੂੰ ਐਂ ਕਰ ਲਿਆ। ਬਾਬਾ ਆਨੰਦ ਸਿੰਘ ਮਹਾਰਾਜ ਨੇ ਬਸ ਕਰ ਲਿਆ, ਸਾਧ ਸੰਗਤ ਕਿੱਲੀ ਨਾ ਕੇਸ ਬੰਨ ਕੇ ਤਪੱਸਿਆ ਕਰਕੇ ਨਾਮ ਦੇ ਭਗਤ ਵਾਂਗੂ ਬਾਬਾ ਜੀ ਰੱਬ ਨੂੰ ਐਂ ਖੜਾ ਦਿੱਤਾ। ਸਾਧ ਸੰਗਤ ਜਿਵੇਂ ਅੜਕ ਦਰਿਆ ਖੜ ਜਾਂਦਾ, ਬਾਬਾ ਜੀ ਨੇ ਇਸ ਤਰ੍ਹਾਂ ਕਮਾਈ ਹੈ, ਤੁਸੀਂ ਵੀ ਇਸ ਤਰ੍ਹਾਂ ਕਮਾਈ ਕਰੋ। ਸਾਧ ਸੰਗਤ ਗੱਲਾਂ ਕਰਨੀਆਂ ਬਹੁਤ ਸੌਖੀਆਂ, ਖਾਣਾ ਪੀਣਾ ਸੌਖਾ, ਪਰ ਕਮਾਈ ਨਾਮ ਦੀ ਕਰਨੀ ਇਹ ਸਿਰੇ ਦੀ ਜਮਾਤ ਹੈ। ਸੋ ਬੜੇ ਭਾਗਾਂ ਨਾਲ ਸਮਾਂ ਮਿਲਿਆ, ਆਓ ਰਾਗੀ ਸਿੰਘਾਂ ਦੇ ਨਾਲ ਸਾਰੇ ਹਾਜ਼ਰੀ ਡਵਾਓ, ਕੋਈ ਵਾਂਝਾ ਨਾ ਜਾਏ, ਮੰਗ ਮੰਗੀਏ, ਬਾਬਾ ਜੀ ਕਿਰਪਾ ਕਰੋ।
ਸਾਡੇ ਉੱਤੇ ਕਿਹੜੀ ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ। ਦੁਆਰਾ ਵੀ ਨਹੀਂ ਮਿਲਦਾ, ਕਈਆਂ ਨੂੰ ਝੋਲੀ ਵੀ ਨਹੀਂ ਅੱਡੀ ਜਾਂਦੀ। ਦੁਆਰਾ ਵੀ ਮਿਲ ਗਿਆ, ਝੋਲੀ ਵੀ ਤੁਹਾਡੇ ਕੋਲ ਹੈਗੀ, ਸਾਰਾ ਕੁਛ ਹੀ ਹੈਗਾ, ਸਾਰਾ ਕੁਛ ਹੀ ਹੈਗਾ। ਹੁਣ ਝੋਲੀ ਭਰਾਉਣ ਦਾ ਸਮਾਂ ਹੈ ਰਾਗੀ ਸਿੰਘਾਂ ਦੇ ਨਾਲ ਵੀਰ ਬਜ਼ੁਰਗ। ਦੂਜੇ ਪਾਸੇ ਮਾਈਆਂ ਰਬਰ ਜੈਨ ਸਾਰੇ ਬਿੰਗਮ ਸੱਜਣਾਂ ਦੇ ਨਾਲ ਸਾਰੇ ਵੱਜ ਕੇ ਹਾਜ਼ਰੀ ਲਾਓ। ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ, ਖੈਰ ਪਾ ਦਿਓ ਮਾਈਆਂ ਵੱਲੋਂ।
ਸਨਾਈ ਜਾ ਰਹੀ